ਦੋਸਤੋ, ਕੁਝ ਕਰ ਗੁਜ਼ਰਨ ਦੇ ਲਈ, ਆਪਣਾ ਨਾਮ ਬਣਾਉਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਇਨਸਾਨ ਇੱਕ ਲੰਬੀ ਜ਼ਿੰਦਗੀ ਜਿਉਵੇਂ। ਜੇਕਰ ਇਨਸਾਨ ਦੇ ਵਿੱਚ ਟੈਲੈਂਟ ਆ, ਕੁਝ ਕਰ ਗੁਜ਼ਰਨ ਦੀ ਇੱਛਾ, ਤਾਂ ਉਹ ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਵੀ ਆਪਣਾ ਨਾਮ ਬਣਾ ਸਕਦਾ, ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਸਕਦਾ। ਅਜਿਹਾ ਹੀ ਕੁਝ ਕਰਕੇ ਦਿਖਾਇਆ ਸੀ ਪੰਜਾਬੀ ਸਿੰਗਰ ਸੋਨੀ ਪਾਬਲਾ ਨੇ। ਦੋਸਤੋ, ਸੋਨੀ ਪਾਬਲਾ ਸਿਰਫ 30 ਸਾਲ ਦੀ ਛੋਟੀ ਉਮਰ ਤੱਕ ਜਿਉਂਦਾ ਰਿਹਾ, ਪਰ ਜਦੋਂ ਵੀ ਬੁਲੰਦ ਆਵਾਜ਼ ਦੇ ਮਾਲਕ ਪੰਜਾਬੀ ਸਿੰਗਰਾਂ ਦੀ ਗੱਲ ਕੀਤੀ ਜਾਂਦੀ ਆ, ਤਾਂ ਸੋਨੀ ਪਾਬਲਾ ਦਾ ਨਾਮ ਜ਼ਰੂਰ ਲਿਆ ਜਾਂਦਾ। ਹਾਲਾਂਕਿ ਸੋਨੀ ਪਾਬਲਾ ਦੇ ਹਿੱਸੇ ਬਹੁਤ ਘੱਟ ਗੀਤ ਆਏ, ਪਰ ਜਦੋਂ ਪੰਜਾਬੀ ਮਹਿਰੂਮ ਸਿੰਗਰਾਂ ਦਾ ਨਾਮ ਲਿਆ ਜਾਂਦਾ, ਤਾਂ ਸਾਡੇ ਦਿਲ ਦੇ ਵਿੱਚ ਸੋਨੀ ਪਾਬਲਾ ਦੀ ਜਗ੍ਹਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਆ, ਉਹਨਾਂ ਦੀ ਕਮੀ ਅੱਜ ਵੀ ਸਾਨੂੰ ਖਲਦੀ ਆ। ਸੋ ਇਸ ਵੀਡੀਓ ਰਾਹੀਂ ਆਪਾਂ ਸੋਨੀ ਪਾਬਲਾ ਦੀ ਲਾਈਫ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ, ਅਤੇ ਕਿਵੇਂ ਸੋਨੀ ਪਾਬਲਾ ਛੋਟੇ ਜਿਹੇ ਕੈਰੀਅਰ ਦੇ ਵਿੱਚ ਆਪਣੀ ਜਗ੍ਹਾ ਲੋਕਾਂ ਦੇ ਦਿਲਾਂ ਦੇ ਵਿੱਚ ਇੰਨੀ ਜ਼ਿਆਦਾ ਬਣਾਉਣ ਦੇ ਵਿੱਚ ਕਾਮਯਾਬ ਰਿਹਾ। ਆਖਿਰ ਕੈਨੇਡਾ ਦੇ ਵਿੱਚ ਇੱਕ ਸ਼ੋਅ ਲਾਉਣ ਦੌਰਾਨ ਸੋਨੀ ਪਾਬਲਾ ਨੂੰ ਹੋਇਆ ਕੀ ਸੀ ਕਿ ਅਚਾਨਕ ਉਹਨਾਂ ਦੀ ਮੌਤ ਹੋ ਗਈ? ਪੂਰੀ ਪੂਰੀ ਸੱਚਾਈ ਇਸ ਵੀਡੀਓ ਰਾਹੀਂ ਪੇਸ਼ ਕਰਨ ਵਾਲੇ ਹਾਂ। ਸੋਨੀ ਪਾਬਲਾ ਦੇ ਫੈਨ ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਲਿਖਣ, ਸੋਨੀ ਪਾਬਲਾ ਮਿਸ ਯੂ। ਸੋ ਦੋਸਤੋ, ਬਿਨਾਂ ਟਾਈਮ ਗਵਾਏ ਆਪਾਂ ਸੋਨੀ ਪਾਬਲਾ ਬਾਰੇ ਗੱਲ ਕਰਦੇ ਹਾਂ। ਦਰਅਸਲ ਸੋਨੀ ਪਾਬਲਾ ਦਾ ਜਨਮ 29 ਜੂਨ 1976 ਨੂੰ ਪਿਤਾ ਮਹਿੰਦਰ ਸਿੰਘ ਦੇ ਘਰ ਮਾਤਾ ਨਿਰਮਲ ਕੌਰ ਦੀ ਕੁੱਖੋਂ ਪਿੰਡ ਬਿਲਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਸੀ। ਪਰਿਵਾਰ ਨੇ ਉਹਨਾਂ ਦਾ ਨਾਮ ਰੱਖਿਆ ਸੀ ਤੇਜਪਾਲ ਸਿੰਘ ਪਾਬਲਾ। ਸੋਨੀ ਆਪਣੀਆਂ 4 ਭੈਣਾਂ ਦਾ ਲਾਡਲਾ ਅਤੇ ਸਭ ਤੋਂ ਛੋਟਾ ਭਰਾ ਸੀ। ਪਰਿਵਾਰ ਨੇ ਸੋਨੀ ਦਾ ਪਾਲਣ ਪੋਸ਼ਣ ਬੜੇ ਪਿਆਰ ਦੇ ਨਾਲ ਕੀਤਾ। ਸੋਨੀ ਪਾਬਲਾ ਨੇ ਆਪਣੇ ਸਕੂਲ ਦੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਪੋਲੀਟੀਕਲ ਸਾਇੰਸ ਦੇ ਸਬਜੈਕਟ ਦੇ ਨਾਲ ਕੀਤੀ। ਦੋਸਤੋ, ਸੋਨੀ ਪਾਬਲਾ ਦੀ ਲਾਈਫ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਰਹੀ ਕਿ ਸੋਨੀ ਪਾਬਲਾ ਦੇ ਵਿਆਹ ਤੋਂ 7-8 ਮਹੀਨੇ ਬਾਅਦ ਹੀ ਸੋਨੀ ਪਾਬਲਾ ਦੀ ਮੌਤ ਹੋ ਗਈ ਅਤੇ ਉਹਨਾਂ ਦੀ ਪਤਨੀ, ਜੋ ਕਿ ਬੜੇ ਰੀਝਾਂ ਅਤੇ ਚਾਵਾਂ ਦੇ ਨਾਲ ਸੋਨੀ ਦੇ ਘਰ ਆਈ ਸੀ, ਉਹ ਸਾਲ ਦੇ ਅੰਦਰ ਅੰਦਰ ਹੀ ਆਪਣਾ ਸੁਭਾਗ ਗਵਾ ਬੈਠੀ। ਉਹਨਾਂ ਦੀ ਪਤਨੀ ਦਾ ਨਾਮ ਰੁਪਿੰਦਰ ਕੌਰ ਆ। ਦੋਸਤੋ, ਸੋਨੀ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਸੀ, ਪਰ ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਪ੍ਰੋਫੈਸ਼ਨਲ ਤੌਰ 'ਤੇ ਗਾਇਕੀ ਦੇ ਵਿੱਚ ਚਲੇ ਜਾਣਗੇ। ਉਹਨਾਂ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਸੋਨੀ ਬਹੁਤ ਜ਼ਿਆਦਾ ਛੋਟਾ ਸੀ। ਸੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੋਨੀ ਆਪਣੀ ਭੈਣ ਕੋਲ ਕੈਨੇਡਾ ਚਲਿਆ ਗਿਆ। ਦੋਸਤੋ, ਦੱਸ ਦਈਏ ਕਿ ਸੋਨੀ ਪਾਬਲਾ ਦੀਆਂ 2 ਭੈਣਾਂ ਕੈਨੇਡਾ ਦੇ ਵਿੱਚ ਮੈਰਿਡ ਆ ਅਤੇ 2 ਇੰਡੀਆ ਦੇ ਵਿੱਚ ਮੈਰਿਡ ਆ। ਕੈਨੇਡਾ ਜਾ ਕੇ ਸੋਨੀ ਨੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਇੱਕ ਦੁਰਘਟਨਾ ਦੇ ਵਿੱਚ ਸੋਨੀ ਦੀਆਂ ਉਂਗਲਾਂ 'ਤੇ ਸੱਟ ਲੱਗ ਗਈ। ਸੋ ਉਹ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਯੋਗ ਨਹੀਂ ਰਹੇ। ਸੋ ਬਾਅਦ ਵਿੱਚ ਸੋਨੀ ਪਾਬਲਾ ਕੁਝ ਟਾਈਮ ਤੱਕ ਟਰੱਕ ਵੀ ਚਲਾਉਂਦੇ ਰਹੇ। ਸੋ ਇਹ ਸਾਰੇ ਕੰਮ ਕਰਨ ਤੋਂ ਬਾਅਦ ਸੋਨੀ ਨੇ ਆਪਣੇ ਅੰਦਰ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। 2002 ਦੇ ਵਿੱਚ ਸੋਨੀ ਆਪਣੀ ਪਹਿਲੀ ਐਲਬਮ ਲੈ ਕੇ ਆਏ ਜਿਸ ਦਾ ਨਾਮ ਸੀ ਹੀਰੇ ਨੀ ਹੀਰੇ। ਇਸ ਐਲਬਮ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਇਸ ਐਲਬਮ ਦੇ ਚੰਗੇ ਰਿਸਪੌਂਸ ਨੂੰ ਦੇਖਦੇ ਹੋਏ ਕਾਫੀ ਕੰਪਨੀਆਂ ਨੇ ਸੋਨੀ ਦੇ ਨਾਲ ਹੱਥ ਮਿਲਾਉਣ ਨੂੰ ਹਾਂ ਕਰ ਦਿੱਤੀ। ਸੋਨੀ ਪਾਬਲਾ ਆਪਣੀ ਦੂਜੀ ਐਲਬਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਥੰਮ ਮੰਨੇ ਜਾਣ ਵਾਲੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਲੈ ਕੇ ਆਏ, ਜੋ ਕਿ 2004 ਦੇ ਵਿੱਚ ਉਹਨਾਂ ਦੀ ਐਲਬਮ ਆਈ ਸੀ। ਐਲਬਮ ਦਾ ਨਾਮ ਸੀ ਗੱਲ ਦਿਲ ਦੀ। ਦੋਸਤੋ, ਇਸ ਐਲਬਮ ਨੇ ਸੋਨੀ ਪਾਬਲਾ ਨੂੰ ਸਟਾਰ ਬਣਾ ਦਿੱਤਾ। ਇਸ ਐਲਬਮ ਦੇ ਸਾਰੇ ਗੀਤ ਸੁਪਰ ਡੁਪਰ ਹਿੱਟ ਰਹੇ। ਇਸ ਐਲਬਮ ਦਾ ਇੱਕ ਗੀਤ ਸੋਹਣਿਓ ਨਾਰਾਜ਼ ਗੀਤ ਨਹੀਂ, ਗੱਲ ਦਿਲ ਦੀ ਜੇ ਇੱਕ ਕਹਿ ਦੇਵਾਂ, ਜਦੋਂ ਵੀ ਇਹ ਗੀਤ ਆਪਾਂ ਚੱਲਦਾ ਸੁਣਦੇ ਹਾਂ ਤਾਂ ਸੋਨੀ ਪਾਬਲਾ ਦਾ ਆਪਾਂ ਨੂੰ ਚੇਤਾ ਆਪਣੇ ਆਪ ਆ ਜਾਂਦਾ। ਸੋ ਦੋਸਤੋ, ਹੁਣ ਸਵਾਲ ਉੱਠਦਾ ਕਿ ਜਦੋਂ ਸੋਨੀ ਪਾਬਲਾ ਆਪਣੇ ਕੈਰੀਅਰ ਦੀਆਂ ਬੁਲੰਦੀਆਂ 'ਤੇ ਸੀ ਤਾਂ ਕੀ ਕਾਰਨ ਰਿਹਾ ਕਿ ਸੋਨੀ ਪਾਬਲਾ ਅਚਾਨਕ ਸਾਨੂੰ ਅਲਵਿਦਾ ਕਹਿ ਗਏ? ਦਰਅਸਲ ਹੋਇਆ ਕੀ ਸੀ, ਕੈਨੇਡਾ ਦੇ ਬਰਮਿੰਟਨ ਸ਼ਹਿਰ ਦੇ ਵਿੱਚ ਸੋਨੀ ਪਾਬਲਾ ਦਾ ਇੱਕ ਸ਼ੋਅ ਚੱਲ ਰਿਹਾ ਸੀ ਜਿਸ ਦਾ ਨਾਮ ਸੀ ਪਟਿਆਲਾ ਨਾਈਟ। ਸੋਨੀ ਸਟੇਜ ਦੇ ਉੱਪਰ ਪਰਫੋਰਮ ਕਰ ਰਹੇ ਸੀ, ਅਚਾਨਕ ਉਹ ਸਟੇਜ ਤੋਂ ਥੱਲੇ ਪਾਣੀ ਪੀਣ ਦੇ ਲਈ ਉਤਰੇ। ਸਟੇਜ ਤੋਂ ਉਤਰਦਿਆਂ ਸਾਰ ਹੀ ਸੋਨੀ ਪਾਬਲਾ ਨੂੰ ਦਿਲ ਦਾ ਦੌਰਾ ਪੈ ਗਿਆ। ਜਦੋਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਪੜਤਾਲ ਕੀਤੀ ਤਾਂ ਸੋਨੀ ਪਾਬਲਾ ਦੀ ਮੌਤ ਹੋ ਚੁੱਕੀ ਸੀ। ਮੌਤ ਤੋਂ ਬਾਅਦ ਮੌਤ ਦੀ ਪੁਸ਼ਟੀ ਕਰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਸੋਨੀ ਪਾਬਲਾ ਦੀ ਮੌਤ ਨਸ਼ਾ ਕਰਨ ਦੇ ਨਾਲ ਹੋਈ ਆ। ਪਰ ਸੋਨੀ ਪਾਬਲਾ ਦੇ ਘਰ ਦੇ ਅਤੇ ਕੁਝ ਸੰਬੰਧੀਆਂ ਦਾ ਕਹਿਣਾ ਇਹ ਹੈ ਕਿ ਸੋਨੀ ਪਾਬਲਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਉਹਨਾਂ ਦੀ ਮੌਤ ਦਾ ਅਸਲ ਕਾਰਨ ਦਿਲ ਦਾ ਦੌਰਾ ਪੈਣਾ ਹੀ ਸੀ, ਜੋ ਕਿ ਅਚਾਨਕ ਉਹਨਾਂ ਨੂੰ ਪਿਆ ਅਤੇ ਉਹ ਆਪਾਂ ਨੂੰ ਸਦਾ ਲਈ ਛੱਡ ਕੇ ਚਲੇ ਗਏ। ਸੋ ਦੋਸਤੋ, ਕੁਝ ਵੀ ਹੋਵੇ, ਪਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਬੁਲੰਦ ਆਵਾਜ਼ ਦਾ ਮਾਲਕ ਸੋਨੀ ਪਾਬਲਾ 14 ਅਕਤੂਬਰ 2006 ਨੂੰ ਗਵਾ ਦਿੱਤਾ, ਬਹੁਤ ਛੋਟੀ ਉਮਰ ਦੇ ਵਿੱਚ, ਜਦੋਂ ਉਹਨਾਂ ਦੀ ਉਮਰ ਸਿਰਫ 30 ਸਾਲ ਸੀ। ਸੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ, ਅਤੇ ਆਪਾਂ ਚਾਹਾਂਗੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੋਰ ਬੁਲੰਦ ਆਵਾਜ਼ ਦੇ ਮਾਲਕ ਸਿੰਗਰ ਆਉਣ। ਥੈਂਕ ਯੂ ਸੋ ਮਚ।